ਨਾ ਪ੍ਰਦਰਸ਼ਨ ਜਾਂ ਜੇ ਕੋਈ ਮੁਜ਼ਾਹਰੇ ਕਰਦਾ ਤਾਂ ਸਰਕਾਰਾਂ ਵੱਲੋਂ ਝੂਠੇ ਪਰਚੇ ਪਾਏ ਜਾਂਦੇ, ਪਰ ਜਿਹੜੇ ਗੈਂਗਸਟਰ ਅੰਦਰੋਂ ਲਾਈਵ ਹੋ ਕੇ ਪ੍ਰੋਗਰਾਮ ਕਰ ਰਹੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ? ਸਰਕਾਰਾਂ ਦੇਖੋ ਸਿੱਖਾਂ ਦੇ ਲਹੂ ਦੀਆਂ ਵੈਰੀ ਹੈ, ਹੋਰ ਜਿਹੜਾ ਮਰਜ਼ੀ ਜੋ ਮਰਜ਼ੀ ਕਰ ਜਾਵੇ, ਹੋ ਸਕਦਾ ਮੰਤਰੀ ਬਣਾਉਣ ਤੁਰ ਪੈਣ ਉਹਨਾਂ ਨੂੰ। ਇਹ ਸੰਤਾਂ ਦੇ ਸਮੇਂ ਤੇ ਹੋਇਆ ਸੀ, ਸਿੱਖਾਂ ਨੇ ਜਹਾਜ਼ ਅਗਵਾ ਕੀਤਾ, ਜੇਲ੍ਹਾਂ ਹੋਈਆਂ, ਜਦੋਂ ਉਹਨਾਂ ਨੇ ਕੀਤਾ ਤੇ ਉਹਨਾਂ ਨੂੰ ਮੰਤਰੀ ਬਣਾਤਾ, ਐਮਐਲਏ ਬਣਾਤਾ। ਸੋ ਸਿੱਖਾਂ ਨਾਲ ਵਿਤਕਰਾ ਹੁੰਦਾ ਰਿਹਾ, ਹੁੰਦਾ ਹੋਣਾ। ਇਹ ਨੌਜਵਾਨਾਂ ਨੂੰ ਮੇਰੀ ਬੇਨਤੀ ਹੈ, ਪੰਥ ਲਈ ਡਟ ਕੇ ਕੰਮ ਕਰੀਏ। ਆਪਾਂ ਆਪਣੇ ਕਬੀਲੇ ਦੀ, ਆਪਣੇ ਪੰਥ ਦੀ, ਪੰਜਾਬ ਦੀ ਰਾਖੀ ਕਰਨੀ ਹੈ। ਕਿਸੇ ਪਿੱਛੇ ਲਾ ਕੇ ਆਪਣੇ ਇੱਕ ਦੂਜੇ ਦੇ ਖੂਨ ਦੇ ਵੈਰੀ ਨਹੀਂ ਬਣਨਾ, ਜਿਵੇਂ ਸਿੱਧੂ ਮੂਸੇਵਾਲੇ ਦੇ ਕੇਸ 'ਚ ਹੋਇਆ ਸੀ। ਹੁਣ ਹੀ ਸੰਭਲਣਾ ਚਾਹੀਦਾ ਸਾਨੂੰ। ਕੋਈ ਨਹੀਂ, ਅਸਲਾ ਖਾਲਸੇ ਕੋਲ ਅਸਲਾ ਬਹੁਤ ਹੁੰਦਾ, ਅਸਲਾ ਨਹੀਂ ਕਿਤੇ ਜਾਂਦਾ, ਚਿੰਤਾ ਨਾ ਕਰੋ, ਮਾਰੇ ਕਿਰਪਾ ਕਰਨਗੇ। ਅਸੀਂ ਉੱਥੇ ਛੇਤੀ ਹਾਜ਼ਰੀ ਪਰ ਨਹੀਂ, ਸਾਡਾ ਅਜਨਾਲੇ ਵਾਲੇ ਮਸਲੇ ਤੋਂ ਬਾਅਦ 'ਚ ਪ੍ਰੋਗਰਾਮ ਸੀ, ਹੁਣ ਛੇਤੀ ਅਸੀਂ ਉਹਦੇ 'ਚ ਹਾਜ਼ਰੀ ਭਰਾਂਗੇ। ਸਾਡੇ ਸਿੰਘ ਘੱਟੋ ਘੱਟ 100 ਦੇ ਕਰੀਬ, ਜਥੇਬੰਦੀ ਦਾ ਸਿੰਘ ਹਮੇਸ਼ਾ ਹੀ ਉੱਥੇ ਰਿਹਾ, ਸ਼ੁਰੂ ਤੋਂ ਹੀ ਜਥੇਬੰਦੀ ਵੱਲੋਂ ਪੂਰੀ ਸਹਿਯੋਗ ਹੈ ਸਾਡੇ ਵੱਲੋਂ ਵੀ। ਅਸੀਂ ਹੁਣ ਦੁਬਾਰਾ ਜਾ ਕੇ ਆਵਾਂਗੇ ਮਹਾਰਾਜ ਦੀ ਕਿਰਪਾ ਦੇ ਨਾਲ। ਠੀਕ ਹੈ, ਵਾਹਿਗੁਰੂ ਜੀ ਕਾ ਖਾਲਸਾ।